ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਜਿਵੇਂ ਕਿ ਬੇਟਾ ਤੁਹਾਨੂੰ ਪਤਾ ਹੀ ਹੈ ਤੁਹਾਡੀ ਸਤੰਬਰ ਪ੍ਰੀਖਿਆ ਜਿਹੜੀ ਉਹ ਬਹੁਤ ਜਲਦ ਸ਼ੁਰੂ ਹੋ ਰਹੀ ਹੈ ਤਾਂ ਉਸ ਲਈ ਮੈਥ ਵਿਸ਼ੇ ਦਾ ਜਿਹੜਾ ਪੇਪਰ ਪੈਟਰਨ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਹੜੇ-ਕਿਹੜੇ ਚੈਪਟਰ ਤੋਂ ਸਾਨੂੰ ਪੇਪਰ ਪੁੱਛਿਆ ਜਾਊਗਾ ਤੇ ਕਿੰਨੇ ਨੰਬਰਾਂ ਦਾ ਜਿਹੜਾ ਪੇਪਰ ਆ ਜਿਹੜਾ ਕਿਸੇ ਚੈਪਟਰ ਦੇ ਵਿੱਚੋਂ ਹੁਣ ਇਸ ਵੀਡੀਓ ਵਿੱਚ ਆਪਾਂ 9ਵੀਂ ਤੇ 10ਵੀਂ ਜਮਾਤ ਲਈ ਪੇਪਰ ਪੈਟਰਨ ਮੈਥ ਵਿਸ਼ੇ ਦਾ ਜਿਹੜਾ ਡਿਸਕਸ ਕਰਾਂਗੇ ਸਤੰਬਰ ਪ੍ਰੀਖਿਆ 2023-24 ਲਈ ਠੀਕ ਹੈ ਬੇਟਾ ਤੋ ਬੜੇ ਧਿਆਨ ਨਾਲ ਤੁਸੀਂ ਇਹਨੂੰ ਸਮਝਣਾ ਹੈ ਲਿਖ ਲੈਣਾ ਜਿਹੜੀ ਕੋਈ ਲਿਖਣ ਵਾਲੀ ਚੀਜ਼ ਹੋਏਗੀ। ਤੋ ਨੋਮੀ ਲਈ ਕੁੱਲ ਪੇਪਰ ਸੀ ਦਾ ਤੋ 3 ਘੰਟਿਆਂ ਦਾ ਸਮਾਂ ਸਾਨੂੰ ਮਿਲੇਗਾ ਬੇਟਾ ਠੀਕ ਹੈ। ਭਾਗ ਉਡਾ ਦੇ ਵਿੱਚ ਤਿੰਨ ਪ੍ਰਸ਼ਨ ਹੋਣਗੇ ਪ੍ਰਸ਼ਨ ਨੰਬਰ ਪਹਿਲਾ ਦੂਜਾ ਤੇ ਤੀਸਰਾ। ਪ੍ਰਸ਼ਨ ਪਹਿਲੇ ਦੇ ਵਿੱਚ 16 ਕੁਐਸਚਨ ਆ ਜਿਹੜੇ ਬਹੁਤ ਗਲਪੀ ਹੋਣਗੇ ਬੇਟਾ ਮਲਟੀਪਲ ਚੋਇਸ ਜਿਹਦੇ ਵਿੱਚ ਸਾਨੂੰ ਚਾਰ ਆਪਸ਼ਨ ਦਿੱਤੀਆਂ ਹੋਣਗੀਆਂ। ਪ੍ਰਸ਼ਨ ਨੰਬਰ ਦੂਜੇ ਦੇ ਵਿੱਚ 7 ਆ ਜਿਹੜੇ ਉਹ ਸਹੀ ਗਲਤ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ। ਤੇ ਪ੍ਰਸ਼ਨ ਨੰਬਰ 3 ਵਿੱਚ ਖਾਲੀ ਥਾਂਵਾਂ ਹੋਣੀਆਂ 7 ਜਾਨੀ ਕਿ ਅਸੀਂ ਭਰਨੀਆਂ ਹਨ ਠੀਕ ਹੈ ਬੇਟਾ ਕੁੱਲ 30 ਅੰਕਾਂ ਦਾ ਇੱਕ ਇੱਕ ਅੰਕਾਂ ਵਾਲਾ ਹੋਗਾ ਭਾਗ ਆੜਾ ਤੋਂ 4 ਤੋਂ ਲੈ ਕੇ 7 ਪ੍ਰਸ਼ਨ ਨੰਬਰ 4 ਤੋਂ ਲੈ ਕੇ 7 ਤੱਕ ਮਤਲਬ 4 ਕੁਐਸਚਨ ਦੋ ਦੋ ਅੰਕਾਂ ਵਾਲੇ ਹੋਣਗੇ ਭਾਗ ਈਡੀ ਦੇ ਵਿੱਚ 8 ਤੋਂ ਲੈ ਕੇ 13 ਤੱਕ ਜਾਨੀ ਕਿ 6 ਕੁਐਸਚਨ ਆ ਜਿਹੜੇ 4-4 ਅੰਕਾਂ ਵਾਲੇ ਹੋਣਗੇ ਇਹਨਾਂ ਵਿੱਚ ਕਿਸੇ 3 ਵਿੱਚ ਅੰਦਰੂਨੀ ਛੋਟ ਹੋਏਗੀ ਤੇ ਜਿਹੜੇ ਵਿੱਚ ਅੰਦਰੂਨੀ ਛੋਟ ਹੋਏਗੀ ਬੇਟਾ 11 19 ਸ਼ੋਰਟ ਵਾਲਾ ਇੱਕ ਪ੍ਰਸ਼ਨ ਆ ਜਿਹੜਾ ਉਹ ਕੇਸ ਸਟੱਡੀ ਨਾਲ ਸੰਬੰਧਿਤ ਹੋਏਗਾ ਕੇਸ ਸਟੱਡੀ ਮਤਲਬ ਕੋਈ ਤੁਹਾਨੂੰ ਸਪੈਸ਼ਲ ਕੇਸ ਆ ਜਿਹੜਾ ਦਿੱਤਾ ਹੋਏਗਾ ਉਸ ਕੇਸ ਨੂੰ ਚੰਗੀ ਤਰ੍ਹਾਂ ਸਮਝ ਕੇ ਤੁਸੀਂ ਉਸ ਕੁਐਸਚਨ ਨੂੰ ਆ ਜਿਹੜਾ ਹੱਲ ਕਰਨਾ ਕੋਈ ਸਿਚੁਏਸ਼ਨ ਦਿੱਤੀ ਹੋਏਗੀ ਬੇਟਾ ਉਹ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਪੜ੍ਹਨਾ ਹੈ ਉਸ ਵੇਸ ਤੇ ਅਸੀਂ ਉਸ ਕੁਐਸਚਨ ਨੂੰ ਹੱਲ ਕਰਨਾ ਵੀ ਉਹ ਸਾਡਾ ਮੈਥ ਦੇ ਕਿਹੜੇ ਟੌਪਿਕ ਨਾਲ ਸੰਬੰਧਿਤ ਹੈਗਾ ਤੇ ਉਸ ਨੂੰ ਆਪਾਂ ਲਾਗੂ ਕਰਨਾ ਡੇਲੀ ਲਾਈਫ ਦੇ ਵਿੱਚ ਹਣਾ ਤਾਂ ਉਹ ਆਪਣੇ بڑے ਕੇਸ ਹੁੰਦੇ ਆ ਉਸ ਹਿਸਾਬ ਨਾਲ ਹੋਏਗਾ ਕਿ ਪ੍ਰਸ਼ਨ ਇਹ ਚਾਰ ਅੰਕਾਂ ਵਾਲਾ ਭਾਗ ਸਸਾ ਦੇ ਵਿੱਚ 14ਵਾਂ 15ਵਾਂ ਅਤੇ 16ਵਾਂ ਤਿੰਨ ਕੁਐਸਚਨ 6 6 ਅੰਕਾਂ ਵਾਲੇ ਹੋਣਗੇ ਜਿਨ੍ਹਾਂ ਵਿੱਚ ਅੰਦਰੂਨੀ ਸ਼ੋਰਟ ਹੋਏਗੀ ਚਲੋ ਤਾਂ ਆਪਣੇ ਸੱਤ ਚੈਪਟਰ ਆ ਜਿਹੜੇ ਉਹ ਇਸ ਦੇ ਵਿੱਚ ਪੁੱਛੇ ਜਾਣਗੇ ਬੇਟਾ ਸੰਖਿਆ ਪ੍ਰਣਾਲੀ ਨੰਬਰ ਸਿਸਟਮ ਬਹੁਪਾਦ ਪੋਲੀਨੋਮੀਅਲ ਨਿਰਦੇਸ਼ ਅੰਕ ਜਿਮੈਤੀ ਕੋਆਰਡੀਨੇਟ ਜਿਓਮੈਟਰੀ ਯੂਕਲਿਡ ਜਿਮੈਤੀ ਬਾਰੇ ਜਾਣ ਪਛਾਨ ਇੰਟਰੋਡਕਸ਼ਨ ਟੂ ਯੂਕਲਿਡ ਜਿਮੈਟਰੀ ਰੇਖਾਵਾਂ ਅਤੇ ਕੋਣ ਲਾਈਨਸ ਐਂਡ ਐਂਗਲ ਟ੍ਰਾਇੰਗਲ ਤਿਰਪੋ ਚੈਪਟਰ ਹੀਰੋ ਫਾਰਮੂਲਾ ਹੀਰੋ ਦਾ ਸੂਤਰ ਠੀਕ ਹੈ ਚਲੋ ਆਪਾਂ ਦੇਖਦੇ ਹਾਂ ਹੁਣ ਚੈਪਟਰ ਵਾਈਜ਼ ਜਿਹੜਾ ਆਪਣਾ ਪਹਿਲਾ ਚੈਪਟਰ ਹੋਏਗਾ ਸੰਖਿਆ ਪ੍ਰਣਾਲੀ ਇਹਦੇ ਵਿੱਚੋਂ 10 ਅੰਕਾਂ ਦਾ ਕੰਮ ਆਏਗਾ ਇੱਕ ਇੱਕ ਅੰਕਾਂ ਵਾਲੇ 6 ਤੇ ਦੋ ਕੁਐਸਚਨ ਦੋ ਦੋ ਅੰਕਾਂ ਵਾਲੇ ਬਹੁਤ ਪਾ ਚੈਪਟਰ ਦੇ ਵਿੱਚੋਂ 17 ਨੰਬਰਾਂ ਦਾ ਇੱਕ ਇੱਕ ਅੰਕਾਂ ਵਾਲੇ 5 ਕੁਐਸਚਨ ਤੇ 6 6 ਅੰਕਾਂ ਵਾਲੇ ਦੋ ਕੁਐਸਚਨ ਧਿਆਨ ਨਾਲ ਨੋਟ ਕਰਨਾ ਬੇਟਾ ਸ਼ੇਸ਼ ਅੰਕਾਂ ਦੇ ਤਿੰਨ ਕੁਐਸਚਨ ਹੋਣੇ ਆ ਤਾਂ ਦੋ ਕੱਲੇ ਇਸੇ ਚੈਪਟਰ ਚੋਂ ਆ ਜਾਣਗੇ ਬਹੁਪਦ ਦੇ ਵਿੱਚੋਂ ਠੀਕ ਹੈ ਨਿਰਦੇਸ਼ ਅੰਕ ਜਮਾਈਤੀ ਦੇ ਵਿੱਚੋਂ 12 ਨੰਬਰਾਂ ਦਾ ਕੰਮ ਸਾਨੂੰ ਪੁੱਛਿਆ ਜਾਏਗਾ ਬੇਟਾ ਤਾਂ ਚਾਰ ਕੁਐਸਚਨ ਜਿਹੜੇ ਹੋ ਇਕ ਇਕ ਅੰਕਾਂ ਵਾਲੇ ਤੇ ਦੋ ਕੁਐਸਚਨ ਆ ਜਿਹੜੇ ਹੋ ਚਾਰ ਚਾਰ ਅੰਕਾਂ ਵਾਲੇ ਪੁੱਛੇ ਜਾਣਗੇ ਯੂਕਲਿਡ ਦੀ ਜਮਾਈਤੀ ਬਾਰੇ ਜਾਣ ਪਛਾਨ ਚਾਰ ਨੰਬਰ ਦੇ ਵਿੱਚ ਪੁੱਛੇ ਜਾਣਗੇ ਤੇ ਇਕ ਇਕ ਅੰਕਾਂ ਵਾਲੇ ਚਾਰੇ ਕੁਐਸਚਨ ਹੋਣਗੇ ਠੀਕ ਹੈ ਉਸ ਤੋਂ ਬਾਅਦ ਰੇਖਾਵਾਂ ਤੇ ਕੋਣ 14 ਨੰਬਰਾਂ ਦਾ ਇਹਦੇ ਵਿੱਚ ਇੱਕ ਇੱਕ ਅੰਕਾਂ ਵਾਲੇ ਚਾਰ ਕੁਐਸਚਨ ਦੋ ਦੋ ਅੰਕਾਂ ਵਾਲੇ ਦੋ ਕੁਐਸਚਨ ਤੇ ਇੱਕ ਕੁਐਸਚਨ ਆ ਜਿਹੜਾ 6 ਅੰਕਾਂ ਦਾ ਰੇਖਾਵਾਂ ਤੇ ਕੋਣ ਚੈਪਟਰ ਦੇ ਵਿੱਚੋਂ ਪੁੱਛਿਆ ਜਾਏਗਾ ਠੀਕ ਹੈ ਬੇਟਾ ਉਸ ਤੋਂ ਅੱਗੇ ਹੈ ਟ੍ਰਾਇੰਗਲ ਚੈਪਟਰ ਤੇਪੋ ਚੈਪਟਰ ਦੇ ਵਿੱਚੋਂ 12 ਅੰਕਾਂ ਦਾ ਚਾਰ ਕੁਐਸਚਨ ਇੱਕ ਇੱਕ ਅੰਕਾਂ ਦੇ ਤੇ ਦੋ ਕੁਐਸਚਨ ਆ ਜਿਹੜੇ ਉਹ ਚਾਰ ਚਾਰ ਅੰਕਾਂ ਦੇ ਹੀਰੋਸ ਫਾਰਮੂਲਾ ਹੀਰੋਸ ਉਤਰ ਦੇ ਵਿੱਚੋਂ 11 ਦਾ ਤਿੰਨ ਕੁਐਸਚਨ ਇੱਕ ਇੱਕ ਨੰਬਰ ਦੇ ਤੇ ਦੋ ਕੁਐਸਚਨ ਆ ਜਿਹੜੇ ਉਹ ਚਾਰ ਚਰ ਅੰਕਾਂ ਦੇ ਪੁੱਛੇ ਜਾਣਗੇ ਕੁੱਲ 80 ਨੰਬਰਾਂ ਦਾ ਪੇਪਰ ਹੋਏਗਾ ਜਿਦੇ ਵਿੱਚ 30 ਕੁਐਸਚਨ ਇੱਕ ਇੱਕ ਅੰਕਾਂ ਵਾਲੇ ਹੋਣਗੇ ਚਾਰ ਕੁਐਸਚਨ 2-2 ਅੰਕਾਂ ਵਾਲੇ 6 ਕੁਐਸਚਨ 4-4 ਅੰਕਾਂ ਵਾਲੇ ਤੇ ਤਿੰਨ ਕੁਐਸਚਨ 6-6 ਅੰਕਾਂ ਵਾਲੇ ਹੋਣਗੇ ਸਟਾਰ ਵਾਲਾ ਅਧਿਆਇ ਵਿੱਚੋਂ ਕੇਸ ਸਟਡੀ ਨਾਲ ਸੰਬੰਧਤ ਪ੍ਰਸ਼ਨ ਪੁੱਛਿਆ ਜਾਏਗਾ ਮਤਲਬ ਜਿਹੜਾ ਹੀਰੋ ਦਾ ਸੂਤਰ ਆਪਣਾ ਚੈਪਟਰ ਹੈ ਉਸ ਨਾਲ ਉਸ ਦੇ ਵਿੱਚੋਂ ਜਿਹੜਾ ਕੁਐਸਚਨ ਹੈ ਉਹ ਕੇਸ ਸਟਡੀ ਨਾਲ ਸੰਬੰਧਤ ਹੋਏਗਾ ਤੁਹਾਨੂੰ স্পੈਸ਼ਲ ਕੇਸ ਆ ਜਿਹੜਾ ਦਿੱਤਾ ਹੋਏਗਾ ਉਸ ਨੂੰ ਚੰਗੀ ਤਰ੍ਹਾਂ ਸਮਝ ਗਏ ਤੁਸੀਂ ਉਸ ਕੁਐਸਚਨ ਨੂੰ ਹੱਲ ਕਰਨਾ ਹੈ ਠੀਕ ਹੈ ਬੇਟਾ ਤਾਂ ਸੱਤ ਚੈਪਟਰ ਨੇ ਇਹਨਾਂ ਨੂੰ ਨੋਟ ਕਰਨਾ ਹੈ ਅੱਜ ਤੋਂ ਹੀ ਚੰਗੀ ਤਰ੍ਹਾਂ ਤਿਆਰੀ ਸ਼ੁਰੂ ਕਰ ਦੇਣੀ ਹੈ ਰੋਜ਼ ਵੀ ਇੱਕ ਚੈਪਟਰ ਕਰੋ ਬੇਟਾ 7 ਦਿਨਾਂ ਦੇ ਵਿੱਚ ਬੜੀ ਵਧੀਆ ਤਿਆਰੀ ਤੁਸੀਂ ਇਸ ਇਗਜ਼ਾਮ ਦੀ ਕਰ ਸਕਦੇ ਹੋ ਠੀਕ ਹੈ ਬੇਟਾ ਹੁਣ ਆਪਾਂ ਜਮਾਤ 10ਵੀਂ ਲਈ ਬੋਰਡ ਦੀ ਜਮਾਤ ਲਈ ਡਿਸਕਸ ਕਰਾਂਗੇ ਪੇਪਰ ਪੈਟਰਨ ਕੁੱਲ ਪੇਪਰ 80 ਅੰਕਾਂ ਦਾ ਬੇਟਾ ਹੋਏਗਾ ਜਮਾਤ 10 ਲਈ 10ਵੀਂ ਲਈ ਵੀ ਤੇ 3 ਘੰਟੇ ਸਾਨੂੰ ਇਸ ਪੇਪਰ ਨੂੰ ਹੱਲ ਕਰਨ ਲਈ ਮਿਲਣਗੇ ਤਾਂ ਪਹਿਲੇ ਪ੍ਰਸ਼ਨ ਦੇ ਵਿੱਚ ਭਾਗ ਊੜਾ ਦੇ ਵਿੱਚ ਤਿੰਨ ਕੁਐਸਚਨ ਹੋਣਗੇ ਪ੍ਰਸ਼ਨ ਨੰਬਰ ਪਹਿਲਾ ਦੂਸਰਾ ਤੇ ਤੀਸਰਾ ਪ੍ਰਸ਼ਨ ਨੰਬਰ ਪਹਿਲੇ ਦੇ ਵਿੱਚ 16 ਕੁਐਸਚਨ ਆ ਜਿਹੜੇ ਬਹੁ ਵਿਕਲਪੀ ਹੋਣਗੇ ਮਲਟੀਪਲ ਚੁਆਇਸ ਫਸਟ 16 ਤੇ ਉਸ ਤੋਂ ਬਾਅਦ ਪ੍ਰਸ਼ਨ ਨੰਬਰ 2 ਤੋਂ ਲੈ ਕੇ 7 ਤੱਕ ਇੱਕ ਇੱਕ ਅੰਕਾਂ ਵਾਲੇ ਸਹੀ ਗਲਤ ਹੋਣਗੇ ਟਰੂ ਫਾਲਸ ਹੋਣਗੇ ਪ੍ਰਸ਼ਨ ਨੰਬਰ ਤੀਜੇ ਦੇ ਵਿੱਚ ਖਾਲੀ ਥਾਵਾਂ ਵਾਲੇ 7 ਕੁਐਸਚਨ ਹੋਣਗੇ ਫਿਲਿੰਦੀ ਬਲੈਂਕਸ ਠੀਕ ਹੈ ਬੇਟਾ ਉਸ ਤੋਂ ਬਾਅਦ ਭਾਗ ਅੜਾ ਦੇ ਵਿੱਚ 4 ਤੋਂ ਲੈ ਕੇ 7 ਤੱਕ ਯਾਨੀ ਕਿ 4 ਕੁਐਸਚਨ ਆ ਉਹ ਦੋ-ਦੋ ਅੰਕਾਂ ਵਾਲੇ ਹੋਣਗੇ ਭਾਗ ਈ ਦੇ ਵਿੱਚ 8 ਤੋਂ ਲੈ ਕੇ 13 ਤੱਕ 4-4 ਅੰਕਾਂ ਵਾਲੇ 6 ਕੁਐਸਚਨ ਹੋਣਗੇ ਜਿਨ੍ਹਾਂ ਵਿੱਚੋਂ ਕਿਸੇ 3 ਵਿੱਚ ਜਾਂ ਹੋਏਗੀ ਅੰਦਰੂਨੀ ਸ਼ੋਟ ਹੋਏਗੀ ਤੇ ਪ੍ਰਸ਼ਨ ਨੰਬਰ ਭਾਗ ਸ ਦੇ ਵਿੱਚ ਪ੍ਰਸ਼ਨ ਨੰਬਰ 14 ਤੋਂ 16 ਤੱਕ ਯਾਨੀ ਕਿ 14ਵਾਂ 15ਵਾਂ 16ਵਾਂ ਤਿੰਨ ਕੁਐਸਚਨ 6-6 ਅੰਕਾਂ ਵਾਲੇ ਹੋਣਗੇ ਤੇ ਸਾਰਿਆਂ ਵਿੱਚ ਜਾਂ ਹੋਏਗੀ ਠੀਕ ਹੈ ਬੇਟਾ ਸਤਿ ਸ਼੍ਰੀ ਅਕਾਲ ਚੈਪਟਰ ਵਾਈਜ਼ ਕਰਦੇ ਆ ਅੱਠ ਚੈਪਟਰ ਆ ਜਿਹੜੇ ਸਾਨੂੰ ਉਹ ਪੁੱਛੇ ਜਾਣਗੇ ਬਟਾ ਬਾਸਤਵਿਕ ਸੰਖਿਆਵਾਂ ਰੀਅਲ ਨੰਬਰਸ ਪੋਲੀਨੋਮੀਅਲਸ ਬੋ ਪਦ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਦਾ ਪੇਅਰ ਆਫ ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ ਦੋ ਘਾਤੀ ਸਮੀਕਰਨ ਕੁਆਡਰੈਟਿਕ ਇਕੁਏਸ਼ਨ ਅੰਕਗਣਿਤਕ ਲੜੀਆਂ ਅਰਿਥਮੈਟਿਕ ਪ੍ਰੋਗਰੈਸ਼ਨਸ ਤ੍ਰਾਇੰਗਲਸ ਤਿਰਪੋਜ ਅੰਕੜਾ ਵਿਗਿਆਨ ਸਟੈਟਿਸਟਿਕਸ ਤੇ ਸੰਭਾਵਨਾ ਪ੍ਰੋਬੈਬਿਲਿਟੀ ਇਕਾ ਇਹ 8 ਚੈਪਟਰ ਸਾਨੂੰ ਪੁੱਛੇ ਜਾਣਗੇ ਸਤੰਬਰ ਪ੍ਰੀਖਿਆ ਚ ਚਲੋ ਆਪਾਂ ਚੈਪਟਰ ਬਾਈ ਡਿਸਕਸ ਕਰਦੇ ਆਂ ਬਾਸਤਿਕ ਸੰਖਿਆਵਾਂ ਰੀਅਲ ਨੰਬਰ ਦੇ ਵਿੱਚੋਂ 4 ਅੰਕਾਂ ਦਾ ਆਏਗਾ 4 ਕੁਐਸਚਨ ਇੱਕ ਇੱਕ ਅੰਕਾਂ ਵਾਲੇ ਇੱਕ ਕੁਐਸਚਨ 2 ਅੰਕਾਂ ਦਾ ਬਹੁਪਦ ਦੇ ਵਿੱਚੋਂ ਵੀ 6 ਅੰਕਾਂ ਦਾ 4 ਕੁਐਸਚਨ ਇੱਕ ਇੱਕ ਅੰਕਾਂ ਵਾਲੇ ਤੇ ਇੱਕ ਕੁਐਸਚਨ 2 ਅੰਕਾਂ ਦਾ ਅੱਗੇ ਪੇਅਰ ਆਫ ਲੀਨੀਅਰ ਇਕੁਏਸ਼ਨ ਇਹਦੇ ਵਿੱਚੋਂ 10 ਨੰਬਰਾਂ ਦਾ 4 ਕੁਐਸਚਨ ਇੱਕ ਇੱਕ ਅੰਕਾਂ ਵਾਲੇ ਤੇ ਇੱਕ ਕੁਐਸਚਨ 6 ਅੰਕਾਂ ਦਾ ਇਸ ਚੈਪਟਰ ਦੇ ਵਿੱਚੋਂ ਪੁੱਛਿਆ ਜਾਏਗਾ ਵੀ ਨੈਕਸਟ ਹੈ ਕੁਆਡਰੇਟਿਕ ਇਕੁਏਸ਼ਨ ਦੋ ਘਾਤੀ ਸਮੀਕਰਨ 16 ਨੰਬਰਾਂ ਦਾ ਚਾਰ ਕੁਐਸਚਨ ਏਕ ਅੰਕਾਂ ਵਾਲੇ ਤੇ ਤਿੰਨ ਕੁਐਸਚਨ ਚਾਰ ਚਾਰ ਅੰਕਾਂ ਵਾਲੇ ਅੰਕ ਗਣਿਤਕ ਲੜੀਆਂ ਅਰਿਥਮੈਟਿਕ ਪ੍ਰੋਗਰੈਸ਼ਨ ਦੇ ਵਿੱਚੋਂ ਵੀ 16 ਦਾ ਇੱਕ ਕੁਐਸਚਨ ਚਾ ਇੱਕ ਇੱਕ ਅੰਕਾਂ ਵਾਲੇ ਚਾਰ ਕੁਐਸਚਨ ਤੇ ਚਾਰ ਅੰਕਾਂ ਵਾਲੇ ਤਿੰਨ ਕੁਐਸਚਨ ਇਸ ਚੈਪਟਰ ਦੇ ਵਿੱਚ ਪੁੱਛੇ ਜਾਣਗੇ ਟ੍ਰਾਇੰਗਲ ਚੈਪਟਰ ਟ੍ਰਾਇੰਗਲ ਚੈਪਟਰ ਦੇ ਵਿੱਚੋਂ 10 ਦਾ ਇੱਕ ਚਾਰ ਚਾਰ ਅੰਕਾਂ ਵਾਲੇ ਇੱਕ ਤੇ ਇੱਕ ਕੁਐਸਚਨ ਆ ਇੱਕ ਇੱਕ ਅੰਕਾਂ ਵਾਲੇ ਬੇਟਾ ਇੱਥੇ ਚਾਰ ਆਉਣਗੇ ਤੇ ਇੱਕ ਕੁਐਸਚਨ ਆ ਜਿਹੜਾ 6 ਅੰਕਾਂ ਦਾ ਇਸ ਚੈਪਟਰ ਦੇ ਵਿੱਚੋਂ ਪੁੱਛਿਆ ਜਾਏਗਾ ਅੰਕੜਾ ਵਿਗਿਆਨ ਸਟੈਟਿਸ ਇਹਦੇ ਵਿੱਚੋਂ 9 ਦਾ ਇੱਕ ਇੱਕ ਅੰਕਾਂ ਵਾਲੇ ਤਿੰਨ ਕੁਐਸਚਨ ਇੱਕ ਕੁਐਸਚਨ 6 ਅੰਕਾਂ ਦਾ ਸੰਭਾਵਨਾ ਚੈਪਟਰ ਦੇ ਵਿੱਚੋਂ 7 ਨੰਬਰਾਂ ਦਾ ਪੇਪਰ ਤੇ ਇੱਕ 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 ਅੰਕਾਂ ਵਾਲੇ ਜਿਹੜੇ ਤਿੰਨ ਕੁਐਸਚਨ ਹੋਣਗੇ ਤੇ ਦੋ ਅੰਕਾਂ ਵਾਲੇ ਦੋ ਕੁਐਸਚਨ ਹੋਣਗੇ ਠੀਕ ਹੈ ਬੇਟਾ ਕੁੱਲ 80 ਨੰਬਰਾਂ ਦਾ ਪੇਪਰ 30 ਕੁਐਸਚਨ ਇੱਕ ਇੱਕ ਅੰਕਾਂ ਵਾਲੇ ਦੋ ਦੋ ਅੰਕਾਂ ਵਾਲੇ ਚਾਰ ਕੁਐਸਚਨ ਚਾਰ ਚਾਰ ਅੰਕਾਂ ਵਾਲੇ 6 ਤੇ 6 6 ਅੰਕਾਂ ਵਾਲੇ ਤਿੰਨ ਪ੍ਰਸ਼ਨ ਹੋਣਗੇ ਤਾਂ ਜਿਹੜੇ ਸਾਨੂੰ 6 ਅੰਕਾਂ ਵਾਲੇ ਪੁੱਛੇ ਜਾਣਗੇ ਉਹ ਪੁੱਛੇ ਜਾਣਗੇ ਪੇਅਰ ਆਫ ਲੀਨੀਅਰ ਇਕਵੇਸ਼ਨ ਟੂ ਵੇਰੀਏਬਲ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਇੱਕ ਕੁਐ ਤੇ ਇੱਕ ਕੁਐਸਚਨ ट्रायंगल ਚੈਪਟਰ ਦੇ ਵਿੱਚੋਂ ਟਰਿਪੋਲ ਚੈਪਟਰ ਦੇ ਵਿੱਚੋਂ ਤੇ ਇੱਕ ਛੇ ਅੰਕਾਂ ਵਾਲਾ ਪ੍ਰਸ਼ਨ ਸਟੈਟਿਕਸ ਮਤਲਬ ਅੰਕੜਾ ਵਿਗਿਆਨ ਚੈਪਟਰ ਦੇ ਵਿੱਚੋਂ ਪੁੱਛਿਆ ਜਾਏਗਾ ਠੀਕ ਹੈ ਬੇਟਾ ਤਾਂ ਇਸ ਪੇਪਰ ਪੈਟਰਨ ਦੇ ਹਿਸਾਬ ਨਾਲ ਤੁਸੀਂ ਆਪਣੀ ਤਿਆਰੀ ਜਿਹੜੀ ਉਹ ਅੱਜ ਤੋਂ ਹੀ ਸ਼ੁਰੂ ਕਰ ਦੇਣੀ ਹੈ ਜੇ ਇੱਕ ਚੈਪਟਰ ਵੀ ਬੇਟਾ ਤੁਸੀਂ ਡੇਲੀ ਕਰੋ ਹਫਤਾ ਤੱਕ ਆਪਣੇ ਕੋਲ ਰਹਿ ਗਿਆ ਤਾਂ ਬੜੀ ਵਧੀਆ ਤਿਆਰੀ ਆਪਾਂ ਇਸ ਪੇਪਰ ਦੀ ਕਰ ਸਕਦੇ ਹਾਂ ਤੇ ਮੈਂ ਵੀ ਇਨਕਾਰਦਾ ਵੀ ਤੁਸੀਂ ਇਸ ਜਿਹੜਾ ਸਿਲੇਬਸ ਹੈ ਅੱਠ ਚੈਪਟਰਾਂ ਦਾ ਇਹਨੂੰ ਚੰਗੀ ਤਰ੍ਹਾਂ ਸਮਝ ਕੇ ਫੁੱਲ ਤਿਆਰੀ ਕਰੋਗੇ ਤਾਂ ਜੋ ਤੁਸੀਂ ਫੁੱਲ ਨੰਬਰ ਇਸ ਪੇਪਰ ਦੇ ਵਿੱਚੋਂ ਲੈ ਆ ਸਕੋ ਬੇਟਾ ਠੀਕ ਹੈ ਥੈਂਕ ਯੂ